ਏਸ਼ੀਆ ਦੇ ਦੂਜੇ ਸਭ ਤੋਂ ਅਮੀਰ ਕਾਰੋਬਾਰੀ ਗੌਤਮ ਅਡਾਨੀ ਅਗਲੇ ਕੁਝ ਸਾਲਾਂ ਵਿੱਚ ਦੇਸ਼ ਦੇ 71,100 ਲੋਕਾਂ ਨੂੰ ਨੌਕਰੀਆਂ ਦੇਣ ਜਾ ਰਹੇ ਨੇ। ਇਸ ਦੇ ਲਈ ਉਹਨਾਂ ਨੇ 4,00,000 ਕਰੋੜ ਰੁਪਏ ਦੇ ਮਾਸਟਰ ਪਲਾਨ ਦਾ ਐਲਾਨ ਕੀਤਾ ਹੈ। ਉਹਨਾਂ ਨੇ ਇਹ ਐਲਾਨ ਚੌਥੇ ਰੀ ਇਨਵੈਸਟ 2024 ਪ੍ਰੋਗਰਾਮ ਦੌਰਾਨ ਕੀਤਾ ਹੈ। ਉਹਨਾਂ ਕਿਹਾ ਕਿ ਸਾਲ 2030 ਤੱਕ ਉਹ ਦੇਸ਼ ਵਿੱਚ ਨਵਿਆਉਣਯੋਗ ਪ੍ਰੋਜੈਕਟਾਂ 'ਤੇ 4,00,000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕਰਨਗੇ। ਅਡਾਨੀ ਸਮੂਹ ਨੇ ਸੋਮਵਾਰ ਨੂੰ ਕਿਹਾ ਕਿ ਉਸਨੇ ਚੌਥੇ ਗਲੋਬਲ ਰੀ ਇਨਵੈਸਟ 2024 ਦੌਰਾਨ ਸੂਰਜੀ ਹਵਾ ਅਤੇ ਗ੍ਰੀਨ ਹਾਈਡਰੋਜਨ ਵਰਗੇ ਨਵਿਆਉਣਯੋਗ ਊਰਜਾ ਪ੍ਰੋਜੈਕਟਾਂ ਵਿੱਚ 4,58,100 ਕਰੋੜ ਰੁਪਏ ਨਿਵੇਸ਼ ਕਰਨ ਦਾ ਵਾਅਦਾ ਕੀਤਾ ਹੈ। ਰੀ ਇਨਵੈਸਟ 2024 ਵਿੱਚ ਨਵੀਂ ਅਤੇ ਨਵਿਆਣਯੋਗ ਊਰਜਾ ਮੰਤਰਾਲੇ ਨੂੰ ਸੌਂਪੇ ਗਏ ਹਲਫਨਾਮਿਆਂ ਦੇ ਅਨੁਸਾਰ ਸਮੂਹ ਕੰਪਨੀਆਂ ਅਡਾਨੀ ਗ੍ਰੀਨ ਐਨਰਜੀ ਲਿਮਟਿਡ ਅਤੇ ਅਡਾਨੀ ਨਿਊ ਇੰਡਸਟਰੀਜ਼ ਲਿਮਟਿਡ 2030 ਤੱਕ ਨਵਿਆਉਣਯੋਗ ਪ੍ਰੋਜੈਕਟਾਂ ਵਿੱਚ ਨਿਵੇਸ਼ ਕਰਨ ਲਈ ਵਚਨਬੱਧ ਹੈ। ਭਾਰਤ ਦੀ ਸਭ ਤੋਂ ਵੱਡੀ ਨਵਿਆਉਣਯੋਗ ਊਰਜਾ ਕੰਪਨੀ ਅਡਾਨੀ ਗ੍ਰੀਨ ਐਨਰਜੀ ਨੇ 2030 ਤੱਕ 50 ਗੀਗਾਵਾਟ ਆਰੀ ਸਮਰੱਥਾ ਲਈ ਵਚਨਬੱਧਤਾ ਜਤਾਈ ਹੈ। ਅਡਾਨੀ ਨਿਊ ਇੰਡਸਟਰੀਜ਼ 10 ਗੀਗਾਵਾਟ ਸੋਲਰ ਮੈਨੂਫੈਕਚਰਿੰਗ ਪਲਾਂਟ, 5 ਗੀਗਾਵਾਟ ਵਿੰਡ ਮੈਨੂਫੈਕਚਰਿੰਗ, 10 ਗੀਗਾਵਾਟ ਗ੍ਰੀਨ ਹਾਈਡਰੋਜਨ ਉਤਪਾਦਨ ਅਤੇ 5 ਗੀਗਾਵਾਟ ਇਲੈਕਟ੍ਰੋਲਾਈਜ਼ਰ ਮੈਨੂਫੈਕਚਰਿੰਗ ਪਲਾਂਟ ਸਥਾਪਿਤ ਕਰੇਗੀ। ਖਾਸ ਗੱਲ ਇਹ ਹੈ ਕਿ ਗੌਤਮ ਅਡਾਨੀ ਦੇ ਇਸ ਨਿਵੇਸ਼ ਨਾਲ 71,100 ਲੋਕਾਂ ਨੂੰ ਰੁਜ਼ਗਾਰ ਮਿਲਣ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਉਹਨਾਂ ਦੀ ਸਰਕਾਰ ਨੇ ਗ੍ਰੀਨ ਐਨਰਜੀ ਦੇ ਖੇਤਰ ਵਿੱਚ ਕਈ ਵੱਡੇ ਫੈਸਲੇ ਲਏ ਨੇ, ਜਿਸ ਵਿੱਚ 7,000 ਕਰੋੜ ਰੁਪਏ ਦੇ ਖਰਚੇ ਅਤੇ 31,000 ਮੈਗਾਵਾਟ ਪਣਬਿਜਲੀ ਦੇ ਨਾਲ ਆਫਸ਼ੋਰ ਗ੍ਰੀਨ ਐਨਰਜੀ ਪ੍ਰੋਜੈਕਟਾਂ ਲਈ ਵਾਇਆਬਿਲਟੀ ਗੈਪ ਫੰਡ ਸਕੀਮ ਸ਼ਾਮਲ ਹੈ। ਉਤਪਾਦਨ ਲਈ 12,000 ਕਰੋੜ ਰੁਪਏ ਤੋਂ ਵੱਧ ਦੀ ਮਨਜ਼ੂਰੀ ਸ਼ਾਮਲ ਹੈ। ਉਹਨਾਂ ਕਿਹਾ ਕਿ ਭਾਰਤ 500 ਗੀਗਾਵਾਟ ਨਵਿਆਉਣਯੋਗ ਊਰਜਾ ਦੇ ਟੀਚੇ ਨੂੰ ਹਾਸਲ ਕਰਨ ਲਈ ਕਈ ਪੱਧਰਾਂ 'ਤੇ ਕੰਮ ਕਰ ਰਿਹਾ ਹੈ।